ਅਸੀਂ ਉੱਥੇ ਆਪਦੀ ਹੋਰ ਸ਼ਰਮਿੰਦਾ ਨਹੀਂ ਹੋਣਾਗਾ। ਉਹਨਾਂ ਨੇ ਪਹਿਲਾਂ ਹੀ ਸੱਦ ਕੇ ਉੱਥੇ ਕਿਸਾਨਾਂ ਨੂੰ ਮੋਦੀ ਆਪ ਨਹੀਂ ਆਏਗਾ। ਬਹੁਤ ਵੱਡੀ ਨੀਤੀ ਖੇਡੀ ਸੀ ਉਹਨਾਂ ਨੇ, ਪਰ ਹਾਲਾਂਕਿ ਉਹ ਨੀਤੀ ਕਾਮਯਾਬ ਨਹੀਂ ਹੋਈਗੀ। ਸੋ ਇਸ ਕਰਕੇ ਕਿਸਾਨ ਉੱਥੇ ਇੱਕ ਨਾਰਾ ਲਾਇਆ ਆ ਕਿ ਹੁਣ ਅਸੀਂ ਨਹੀਂ ਆਉਣਾਗਾ ਦਿੱਲੀ, ਹੁਣ ਜੇ ਆਉਣਾ ਤਾਂ ਤੁਸੀਂ ਉਹਨੂੰ ਆਉਣਾ ਪੈਣਾ ਚੰਡੀਗੜ੍ਹ। ਅਤੇ ਉਹਨਾਂ ਨੂੰ ਵਿਖਾਉਣੇ ਆ ਵੀ ਹੁਣ ਕਿਸਾਨ ਇੱਕਜੁੱਟ ਇੱਕ ਮੁੱਠ ਹੈਗੇ ਆ, ਅਤੇ ਹੁਣ ਤੁਹਾਨੂੰ ਭਾਜੜਾ ਪਾ ਦਿਆਂਗੇ ਜਦੋਂ ਅਸੀਂ ਸਿੱਧੇ ਹੋਵੇ ਤੁਹਾਡੇ ਨਾਲ। ਸੋ ਅਸੀਂ ਸਰਕਾਰ ਦਾ ਡਟ ਕੇ ਵਿਰੋਧ ਕਰਾਂਗੇ। ਸੋ ਸਰਕਾਰ ਰਾਜਨੀਤੀ ਕਰਕੇ ਚੱਲਦੀ, ਹੁਣ ਅਸੀਂ ਰਣਨੀਤੀ ਬਣਾ ਕੇ ਚੱਲਾਂਗੇ। ਇੱਕ ਮੈਂ ਤੁਹਾਡੇ ਇਸੇ ਚੈਨਲ ਰਾਹੀਂ ਮੈਸੇਜ ਦੇਣਾ ਚਾਹੁੰਦਾ ਹਾਂ ਵੀ ਜਿਵੇਂ ਵੀਰੋ ਹੁਣ ਤੁਸੀਂ ਖਾਸ ਕਰ ਨੌਜਵਾਨ ਵੀਰਾਂ ਨੂੰ ਵੀ ਜਿਵੇਂ ਵਿਜੇ ਸਾਂਪਲਾ ਜੀ ਇਹਨਾਂ ਪਿੰਡਾਂ ਦੇ ਵਿੱਚ ਵੜੇ ਆ, ਅੱਗੇ ਕਦੇ ਭਾਜਪਾ ਪਿੰਡਾਂ 'ਚ ਨਹੀਂ ਸੀ ਵੇਖੀ, ਹੁਣ ਭਾਜਪਾ ਦਾ ਪਿੰਡਾਂ 'ਚ ਵੜਨ ਦਾ ਕਾਰਨ ਵੇਖੋ ਤੁਸੀਂ ਵੀ ਇਹ ਆਪਣੇ ਕਿਸਾਨ ਭਰਾਵਾਂ ਨੂੰ ਇਸ ਆਪਣੇ ਨੌਜਵਾਨ ਵੀਰਾਂ ਨੂੰ ਇਹ ਵਿਖਾਉਂਦੇ ਆ ਵੀ ਇਹਨਾਂ ਦੇ ਕਿਵੇਂ ਨਾ ਕਿਵੇਂ ਆਪਦਾ ਖੂਨ ਖੋਲੇ ਇਹਨਾਂ ਦਾ ਵੀ ਸਾਡੇ 'ਤੇ ਹੱਥੋਂ ਪਾਈ ਹੋਣ। ਪਰ ਵੀਰੋ ਆਪੋ ਆਪਣੇ ਖੂਨ ਨੂੰ ਤੁਸੀਂ ਆਪਦੇ ਜਜ਼ਬੇ ਨਾਲ ਆਪਣੀਆਂ ਜਥੇਬੰਦੀਆਂ ਦੇ ਨਾਲ ਉਹਨਾਂ ਦੇ ਮੁਤਾਬਕ ਚੱਲਿਓ। ਕੋਈ ਮੇਰਾ ਵੀਰ ਭਾਜਪਾ ਦੇ ਕਿਸੇ ਤਰ੍ਹਾਂ ਦਾ ਵਾਰ ਨਾ ਕਰਿਓ, ਕਿਉਂਕਿ ਇਹ ਆਪਣੇ ਉਲਟ ਪੈਣ ਵਾਲੀਆਂ ਗੱਲਾਂ ਹੈ। ਅਤੇ ਇਹ ਹੋ ਵੀ ਸਕਦਾ ਹੈ ਵੀ ਆਉਣ ਵਾਲੇ ਟਾਈਮ 'ਚ ਜਿਹੜੇ ਆਪਣੇ ਮੈਸੇਜ ਆਉਂਦੇ ਆ ਵੀ ਸਰਕਾਰਾਂ ਉੱਤੇ ਬੈਠੀਆਂ, ਕੇਂਦਰ ਸਰਕਾਰ ਆਪਣਾ ਕਦੋਂ ਵੀ ਨੈੱਟ ਵੀ ਬੰਦ ਕਰ ਸਕਦੀ ਆ, ਆਪਾਂ ਨੂੰ ਥਾਂ ਥਾਂ ਹੀ ਰੋਲ ਸਕਦੀ ਹੈ। ਇੱਕ ਮੁੱਠ ਇੱਕਜੁੱਟ ਹੋ ਕੇ ਵੀਰ ਮੇਰੇ ਚੱਲਿਓ। ਕਿਸਾਨਾਂ ਨੇ ਖੇਤੀ ਸੰਦ ਮੋਢਿਆਂ 'ਤੇ ਰੱਖ ਕੇ ਕੀਤਾ ਕੇਂਦਰ ਸਰਕਾਰ ਖਿਲਾਫ਼ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ। ਅੱਜ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਹਰੀਕੇ ਕਲਾਂ ਵਿਖੇ ਕਿਸਾਨਾਂ ਵੱਲੋਂ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਪਿੰਡ ਹਰੀਕੇ ਕਲਾਂ ਦੇ ਨੌਜਵਾਨ ਮੁੰਡੇ ਔਰ ਸਾਰੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਸਾਰਿਆਂ ਨੇ ਅਸੀਂ ਪਿੰਡ ਦਾ ਮਾਰਚ ਕੀਤਾ ਔਰ ਲੋਕਾਂ ਨੂੰ ਜਗਾਇਆ ਬਈ ਹੁਣ ਆਪਣਾ ਘਰਾਂ ਦੇ ਵਿੱਚ ਬਹਿ ਕੇ ਨਹੀਂ ਸਰਨਾ, ਹੁਣ ਜਿਹੜੀ ਆਪਣੀ ਤਲਵਾਰ ਉਹ ਮੋਦੀ ਨੇ ਆਪਣੇ ਜਿਵੇਂ ਘਰਾਂ ਦੇ ਕੋਲੇ ਸੇਕ ਆ ਗਿਆ, ਹੁਣ ਉੱਠੋ ਇਹਦਾ ਵਿਰੋਧ ਕਰੋ। ਔਰ ਮੋਦੀ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਹਾਂ, ਆਹ ਸਾਡੇ ਝੋਨੇ ਵੱਢੇ ਜਾਣਗੇ, ਕਣਕਾਂ ਬੀਜੀਆਂ ਜਾਣਗੇ, ਅਸੀਂ ਦਿੱਲੀ ਨੂੰ ਵੀ ਰਾਹ ਕੱਟਾਂਗੇ। ਸਾਨੂੰ ਭਾਵੇਂ 6 ਮਹੀਨੇ ਲੱਗ ਜਾਣ, ਰਾਸ਼ਨ ਅਸੀਂ ਆਪਦਾ ਲੈ ਕੇ ਜਾਵਾਂਗੇ, ਪਰ ਇਹ ਜਿਹੜਾ ਕਾਲਾ ਕਾਨੂੰਨ ਆ ਇਹਨੂੰ ਰੱਦ ਕਰਾ ਕੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਵਾ ਕੇ ਮੁੜਾਂਗੇ। ਅਤੇ ਖੇਤੀਬਾੜੀ ਵਾਲੇ ਸੰਦਾਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਪਿੰਡ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਅਸੀਂ ਸੰਦ ਕਿਉਂ ਚੱਕੇ? ਕਿਉਂਕਿ ਪਾਰਟੀਆਂ ਸਾਡੇ 'ਤੇ ਲਾ ਰਹੀਆਂ ਦੂਸ਼ਣ, ਕੋਈ ਕਹਿੰਦਾ ਅਸੀਂ ਅਕਾਲੀ ਹੈ, ਕੋਈ ਕਹਿੰਦਾ ਕਾਂਗਰਸੀ ਹੈ, ਪਰ ਅਸੀਂ ਸਾਰੇ ਕਿਸਾਨ ਅਤੇ ਕਿਸਾਨੀ ਦੇ ਹੱਕ 'ਚ ਹਾਂ ਅਤੇ ਸਾਰਿਆਂ ਨੂੰ ਅਸੀਂ ਇਹੀ ਸੱਦਾ ਦਿੱਤਾ ਪਿੰਡ ਦੇ ਵਿੱਚ ਵੀ ਵੱਧ ਤੋਂ ਵੱਧ ਇਸ ਲਹਿਰ ਦੇ ਨਾਲ ਜੁੜ ਕੇ ਇਹ ਸੰਘਰਸ਼ ਨੂੰ ਕਾਮਯਾਬ ਕਰੀਏ ਅਤੇ ਅਸੀਂ ਇਹ ਜਿਹੜਾ ਬਿੱਲ ਹੈ ਉਹ ਰੱਦ ਕਰਵਾ ਕੇ ਹਟੀਏ। ਦੇਖੋ ਅਸੀਂ ਇਹ ਇਸ ਇਹਨਾਂ ਸੰਦਾਂ ਦੇ ਜ਼ਰੀਏ ਅਸੀਂ ਸਰਕਾਰ ਨੂੰ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਅਸੀਂ ਕਿਸੇ ਪਾਰਟੀਬਾਜ਼ੀ ਨਾਲ ਸੰਬੰਧ ਨਹੀਂ, ਅਸੀਂ ਜ਼ਿਮੀਂਦਾਰ ਕਿੱਤੇ ਨਾਲ ਸੰਬੰਧਿਤ ਕਿਸਾਨ ਹਾਂ ਜਿਨ੍ਹਾਂ ਦਾ ਦਰਦ ਤੈਨੂੰ ਦਿਖ ਨਹੀਂ ਰਿਹਾ ਅਤੇ ਤੂੰ ਇੱਕ ਪਾਰਟੀਬਾਜ਼ੀ ਦਾ ਅਨਸ਼ਨ ਲਾ ਕੇ ਸਾਡੇ 'ਤੇ ਸਾਨੂੰ ਬਦਨਾਮ ਕਰਨਾ ਚਾਹੁੰਦਾ। ਔਰ ਇਹੀ ਗੱਲ ਮੈਂ ਸਾਰੇ ਭਾਰਤ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ ਪਾਰਟੀਬਾਜ਼ੀ ਦੇ ਝੰਡੇ ਹੇਠਾਂ, ਜਦੋਂ ਕਿ ਅਸੀਂ ਕਿਸਾਨ ਹਾਂ ਜੋ ਇਸ ਅੰਦੋਲਨ ਦੇ ਸਾਡੇ ਜਿਹੜੇ ਚੁੱਲ੍ਹਿਆਂ ਦੀ ਅੱਗ ਆ ਇਹ ਬੁਝਾਉਣ ਤੱਕ ਤੁਲੇ ਹੋਏ ਨੇ, ਸਾਡੇ ਤਾਂ ਗੱਲ 'ਚ ਬੁਰਕੀ ਤੱਕ ਨਹੀਂ ਲੰਘ ਰਹੀ ਔਰ ਇਹ ਸਰਕਾਰਾਂ ਸਾਨੂੰ ਪਾਰਟੀਬਾਜ਼ੀ ਦਾ ਨਾਂ ਹੇਠ ਲੜਾ ਰਹੀਆਂ, ਸਾਨੂੰ ਬਦਨਾਮ ਕਰ ਰਹੀਆਂ। ਇਹ ਇਹਨਾਂ ਦੀ ਸੋਚੀ ਸਮਝੀ ਸਾਜਿਸ਼ ਹੈ ਤਾਂ ਜੋ ਇਹ ਪੰਜਾਬ ਦਾ ਜਿਹੜਾ ਸੰਘਰਸ਼ ਹੈ ਇਹ ਸਾਰੇ ਦੇਸ਼ 'ਚ ਪਾਰਟੀਬਾਜ਼ੀ ਦੇ ਨਾਂ ਹੇਠ ਰੋਲਿਆ ਜਾ ਸਕੇ, ਇਹਨੂੰ ਤਾਰ ਪੀੜੂ ਕੀਤਾ ਜਾ ਸਕੇ। ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਨਿਰੋਲ ਕਿਸਾਨ ਹਾਂ, ਅਸੀਂ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨਹੀਂ ਹਾਂ, ਨਾ ਹੀ ਕਿਸੇ ਪਾਰਟੀ ਨਾਲ ਅਸੀਂ ਸੰਬੰਧ ਰੱਖਦੇ ਹਾਂ। ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਇਕੱਠੇ ਹੋਏ ਹਾਂ ਅਤੇ ਅਸੀਂ ਐਂਡ ਤੱਕ ਕਿਸੇ ਵੀ ਪਾਰਟੀ 'ਚ ਦਾਖਲ ਨਾ ਹੁੰਦੇ ਹੋਏ ਭਾਰਤੀ ਝੰਡੇ ਹੇਠ ਹੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਹੀ ਅਸੀਂ ਲੜਾਂਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸ ਪਿੰਡ ਵਿੱਚ ਕਿਸਾਨ ਆਗੂਆਂ ਨੇ ਪੋਸਟਰ ਲਗਾਏ ਸਨ ਕਿ ਜਿੰਨਾ ਸਮਾਂ ਖੇਤੀ ਬਿੱਲ ਰੱਦ ਨਹੀਂ ਹੁੰਦੇ ਉਦੋਂ ਤੱਕ ਕੋਈ ਵੀ ਸਿਆਸੀ ਆਗੂ ਇਸ ਪਿੰਡ ਵਿੱਚ ਨਾ ਆਵੇ। ਇਸ ਰੋਸ ਮਾਰਚ ਵਿੱਚ ਨੌਜਵਾਨਾਂ ਅਤੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢੀ। ਪੰਜਾਬ ਨੇ ਜਨਮ ਤੋਂ ਲੈ ਕੇ ਸੰਤਾਪ ਹਟਾਇਆ,
पंजाब दे किसी भी सरकार कोई भी आई है वाली वारस नहीं हुई पंजाब दे जां किसानी दे हक्कां वास्ते नहीं बोली। सो मोदी सरकार ने भी हद पार करके जो किसानों वास्ते 3 आर्डिनेंस बिल पास किए सी असी उन्हां दे विरोध वजो अज भारतीय किसान यूनियन के झंडे हेठ इकट्ठे होकर समूह नौजवान वीर ते समूह नगर निवासी कोई पार्टीबाजी का वीर नहीं सी सारे पार्टीबाजी तो उपर उठ के किसान यूनियन के झंडे हेठ इकट्ठे होए सी। सो असी अज मोदी सरकार नूं दसना चाहुंदे आ कि सरकारे पंजाब ने किसानों ने शुरू तो लैके संताप हंडाया ये कल्लियां मिठियां गोलियां लैण वाले नहीं जे हुण किसान जागे आ जे इन्हां नूं दिल्ली तक जिवें भी करना पिया इस करन नूं तैयार आ पर असीं आपदी खेती असीं अपनी जमीन नहीं छड्डन वाले जमीन किसान की माँ असीं ये नहीं खुंझन देवांगे। सो साडी सरकार नूं बेनती है कि तू बिल वापस लै ला रद्द कर दे काले कानून नहीं तो जो संघर्ष किसानों ने विढ़िया इहनूं सिरे ला के डॉक्टर स्वामीनाथन की रिपोर्ट लागू करा के हटांगे। सानूं माण है कि अज साडे किसान वीर समूह नौजवान वीर इकट्ठे होए आ जवान जोश दे नाल होश भी इकट्ठा होया अज जे जोश है जवानी दे विच जोश है तो बजुर्गों दे विच होश है असी रल के चलांगे बजुर्ग जोश ते होश जदों रल के इकट्ठे चलदे आ तो कोई ताकत नहीं जिहड़ी किसे नूं रोक सकदी आ। इस समय किसान आगुआं ने कहा कि केंद्र सरकार वल्लों जारी किए गए खेती बिलों विच किसान की अपनी जमीन नूं ही पराया किया जा रहा है। साडा यह कहना मोदी सरकार नूं भी हुण तूं दिल्ली बैठा तो असी पंजाब च मुक्तसर डिस्ट्रिक्ट च बैठे हैं तो असी तैनूं विखा देंगे हथ असी पंजाब वाले भी असी साडे किन्ने कु हथ तगड़े आ तू आपदा कायम हो जा हुण तैनूं दिल्ली भी दूर नहीं सानूं जदों तैनूं असी आके मिलांगे तो पर तू साडा जिहड़ा किसानां दा इत्थे बैठे ने तुसीं बिल पास किया ये बिल तो तेरा काला कानून जिहड़ा लैके आए पंजाब दे विच ये असी किसी भी हालत में तेरा नहीं चलन देवांगे। इस समय किसान आगुआं ने दस्सिया कि भारतीय जनता पार्टी के लीडरां द्वारा किसानां ते दोष लाया जा रहा है कि ये किसान नहीं बल्कि कांग्रेस आप और अकाली दल के वर्करां वल्लों किसानां नूं भड़काया जा रहा है। साडे ते बहुत वड्डी उन्हां ने तोहमत लाई कि ये जी किसी पार्टी के नाल संबंधित लोग ने कोई किसान यूनियन नहीं है नहीं इन्हां दे विच हालांकि उत्थे सारे नरोल किसान सीगे सो तां करके असी यह मार्च कढ़िया जी ये सारे के मोढ़ियां ते जो अपने खेती ना रिलेटड संद होंगे वह कोले सी जिन्हां नाल साडी खेती चलती है जी उहदे नाल ही इह तां करके मार्च कढ़िया कि सारिआं नूं असीं दस सकीए कि असीं नरोल किसान हाँ तो यही साडे संद आ जिन्हां नाल ही खेती करदे आ जे यही साडे तो खोले गए तो साडे कल्ले कख नहीं रहिणा गा तो असीं मोदी सरकार नूं इह असीं उहनां दे दरवाजे दे उत्ते अज्ज लत्त मारी आ उहदा पुतला फूक के ते नौजवानां दा इकट्ठ करके ये सारा उहनूं पता लग ही जाऊगा थोड़े चैनलां राहीं के किसान हुण सुते नहीं गए किसान जाग चुके आ। भारत संदेश लई श्री मुक्तसर साहब तो अनमोल सिंह बड़िंग की रिपोर्ट।